ਲਓ ਇਹ ਦੀਵਾ ਜਿਹੜਾ ਪਾਣੀ ਦੇ ਨਾਲ ਹੀ ਮੰਨ ਲਓ ਇਹ ਚੱਲਣ ਲੱਗਾ ਪਾਣੀ ਨਾਲ ਦੀਵਾ ਜੀ ਚੱਲ ਹੂੰ ਪਾਣੀ ਅੱਗ ਨੂੰ ਬੁਝਾਉਂਦਾ ਹੈ ਬਿਲਕੁਲ ਪਾਣੀ ਨਾਲ ਅੱਗ ਬੁਝਦੀ ਹੈ ਨਾ ਕਿ ਪਾਣੀ ਨਾਲ ਅੱਗ ਲੱਗਦੀ ਹੈ ਜੀ ਪਰ ਇਹ ਪਾਣੀ ਭਾਗੇ ਦੀਵਾ ਜਗਾਤਾ ਇਹਦੇ ਪਿੱਛੇ ਵਿਗਿਆਨ ਹੈ ਸਾਇੰਸ ਹੈ ਕੀ ਹੈਗਾ ਕਾਰਨ ਉਹ ਆਪਾਂ ਅੰਦਰ ਦੇ ਦਰਸ਼ਕਾਂ ਦੱਸਾਂਗੇ ਵੀ ਸਮਝਾਵਾਂਗੇ ਲੋਕਾਂ ਨੂੰ ਇਹ ਨਹੀਂ ਇਹ ਅਸ਼ਰਾਬ ਹੈ ਜੀ ਹਾਂਜੀ ਅਸ਼ਰਾਬ ਹੈ ਜੀ ਜੀ ਆਪਾਂ ਸ਼ਰਾਬ ਜਿਹੜੀ ਹੈਗੀ ਇਹਦੇ ਗਲਾਸ ਚ ਪਾ ਦਿੰਦੇ ਆ ਜੀ ਠੀਕ ਹੈ ਜੀ ਜੀ ਤੇ ਮੈਂ ਵੀ ਇਸ ਤਰ੍ਹਾਂ ਰੱਖ ਲੈਣਾ ਹੱਥ ਜੀ ਉਹ ਇਸ ਤਰ੍ਹਾਂ ਰੱਖ ਕੇ ਹੱਥ ਤੇ ਇਸ ਤਰ੍ਹਾਂ ਕਰਕੇ ਉਹ ਜੀ ਹਿਲਾਉਂਦਾ ਹੈਗਾ ਸ਼ਰਾਬ ਕੋਈ ਨਹੀਂ ਲੱਗਦਾ ਵੀ ਹਾਂ ਯਾਰ ਵਾਕਈ ਇਹ ਇਹ ਚੀਜ਼ ਸੀਗੀ ਇਸ ਤਰ੍ਹਾਂ ਬਣ ਗਿਆ ਹਲੋ ਆ ਜਿਹੜਾ ਸ਼ਰਾਬ ਸੀ ਉਹ ਪਾਣੀ ਬਣ ਗਿਆ ਤੁਹਾਡੇ ਸਾਹਮਣੇ ਕੈਮਰਾਮੈਨ ਨੂੰ ਕਹੂੰਗਾ ਕਿ ਬਿਲਕੁਲ ਥੋੜਾ ਨੇੜੇ ਕਰਕੇ ਜਰੂਰ ਦਿਖਾ ਦਿਓ अच्छा ਹੁਣ ਇਹ ਸ਼ਰਾਬ ਤੋਂ ਦੁੱਧ ਬਣੂਗਾ ਹਾਂਜੀ ਆ ਦੂਜਾ ਗਲਾਸ ਆ ਜੀ ਖਾਲੀ ਜੀ ਹਲੋ ਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਸ਼ਰਾਬ ਪੈ ਰਹੀ ਆ ਪਰ ਦੁੱਧ ਦੇ ਰੂਪ ਚੋ ਬਦਲ ਰਹੀ ਆ ਤੁਸੀਂ ਇਹ ਸ਼ਰਾਬ ਦਾ ਜੀ ਦੁੱਧ ਬਣ ਗਿਆ ਜੀ ਇਹ ਜਿਹੜੀ ਦੂਜੇ ਨੂੰ ਸਮਝ ਨਹੀਂ ਆਉਂਦੀ ਜੀ ਲੋ ਜੀ ਆ ਦੁੱਧ ਦੇ ਵਿੱਚ ਚਲਾ ਗਿਆ ਹਮ ਇੰਨਾ ਕਿ ਦੁੱਧ ਰਹਿ ਗਿਆ ਜੀ ਇਹ ਆਪਾਂ ਰੱਖ ਲਿਆ ਵੀ ਤੁਸੀਂ ਟੈਸਟ ਕਰ ਸਕਦੇ ਹੋ ਕਿ ਦੁੱਧ ਦੀਆਂ ਵੀ ਕੁਝ ਹੋਰ ਤਾਂ ਨਹੀਂ ਕੁਝ ਲਿਆ ਗਿਆ ਜੀ ਠੀਕ ਹੈ ਤੇ ਹੁਣ ਤੁਸੀਂ ਹੱਥ ਕਰੋ ਬੜਾ ਦੁੱਧ ਤੁਹਾਡੇ ਹੱਥ ਤੇ ਇਹ ਤਾਂ ਫਿਰ ਬਿਲਕੁਲ ਜਿਹੜਾ ਇੱਕ ਪੇਪਰ ਹੀ ਹੈ ਖਾਲੀ ਇਹਦੇ ਵਿੱਚ ਕੁਛ ਆਈ ਨਹੀਂ ਆਪਾਂ ਰਿਪੋਰਟ ਕੋਲ ਦਿਖਾ ਦੇ ਜੀ ਤੁਮ ਕਰਤਾ ਕਾਗਜ਼ ਬਿਲਕੁਲ ਵੀ ਇਹਦੇ ਵਿੱਚ ਕੋਈ ਥੈਲੀ ਵਗੈਰਾ ਵੀ ਨਹੀਂ ਸੀ ਤਾਂ ਤੁਸੀਂ ਇਹ ਦੇਖ ਸਕਦੇ ਹੋ ਹੁਣ ਦੁੱਧ ਕਿੱਥੇ ਅੱਜ ਉਹਨੇ ਬੜੇ-ਬੜੇ ਜਾਦੂਗਰ ਸ਼ੋਅ ਕਰਦੇ ਆ। ਕੁੜੀ ਨੂੰ ਵਿਚਾਲੋਂ ਕੱਟ ਦੇਣਾ, ਕੱਟ ਕੇ ਜੋੜ ਦੇਣਾ, ਗਲ ਬੱਢ ਕੇ ਜੋੜ ਦੇਣਾ ਜਾਂ ਹੋਰ ਐਦਾ ਦੇ ਹੈ ਕਿ ਨਹੀਂ ਜਾਂ ਬੰਦਾ ਗਾਇਬ ਕਰ ਦੇਣਾ ਕੁਰਸੀ। ਉਹ ਸਾਰਾ ਸਮਾਨ ਬੰਗਾਲ ਚ ਬਣਦਾ ਹੈ। ਜੀ। ਸਤਿ ਸ੍ਰੀ ਅਕਾਲ ਤੁਸੀਂ ਲੋਕਵਾਇ ਟੀਵੀ ਦੇ ਨਾਲ ਜੁੜੇ ਹੋ ਮੈਂ ਮਨਪ੍ਰੀਤ ਰਾਮਣਵਾਸ। ਅੱਜ ਅਸੀਂ ਜੋ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਤੇ ਜਦੋਂ ਇਹ ਸਾਰਾ ਕੁਝ ਹੋਵੇਗਾ ਤਾਂ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਜਿਸ ਤਰ੍ਹਾਂ ਦੇ ਟਰੈਕ ਹੋਣੇ ਨੇ ਤਾਂ ਉਸ ਤੋਂ ਹੈਰਾਨ ਤਾਂ ਤੁਸੀਂ ਹੋਣੀ ਹੈ ਪਰ ਹੁੰਦੇ ਕਿਵੇਂ ਨੇ ਕਿਸ ਤਰ੍ਹਾਂ ਇਹ ਪੂਰੇ ਗੱਲਬਾਤ ਨੂੰ ਲੈ ਕੇ ਅੱਜ ਸਾਡੇ ਨਾਲ ਜਸਵੀਰ ਸੋਨੀ ਨੇ ਅੱਜ ਅਸੀਂ ਬਲਾਡਾ ਦੇ ਵਿੱਚ ਬੈਠੇ ਹੋਏ ਆ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਸਾਨੂੰ ਕੀਮਤੀ ਸਮੇਂ ਦੇ ਵਿੱਚੋਂ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਲੋਕਵਾਚ ਚੈਨਲ ਦਾ ਤੁਹਾਡਾ ਵੀ ਔਰ ਤੁਹਾਡੇ ਸਾਡੇ ਦਰਸ਼ਕਾਂ ਦਾ ਜੀ ਤਾਂ ਜਿਹੜਾ ਕੁਝ ਆਪਾਂ ਸ਼ੁਰੂ ਕਰ ਲਈਏ ਤਾਂ ਕਿੱਥੋਂ ਕਿਹੜੇ ਟਰਿਕ ਤੋਂ ਆਪਾਂ ਪਹਿਲਾਂ ਸ਼ੁਰੂ ਕਰਨਾ ਹੈ ਸਰ ਇੱਕ ਨਾ ਮਤਲਬ ਟਰਿਕ ਚੱਲ ਰਿਹਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਹਮ ਇੱਕ ਬਾਬਾ ਹੈਗਾ ਜੀ ਤੇ ਉਹਦੀ ਭਾਸ਼ਾ ਤਾਂ ਮੇਰੇ ਸਮਝ ਨਹੀਂ ਆਏਗੀ ਹਮ ਉਹ ਇੱਕ ਨਾ ਸ਼ਰਾਬ ਪਾ ਕੇ ਗਲਾਸ ਦੇ ਵਿੱਚ ਜੀ ਉਹ ਇਸ ਤਰ੍ਹਾਂ ਕਰਕੇ ਹੱਥ ਹਲਾਉਂਦਾ ਹਮ ਹੱਥ ਲਾ ਕੇ ਤੇ ਸ਼ਰਾਬ ਦਾ ਪਾਣੀ ਬਣਾਉਂਦਾ ਜੀ ਲੋਕ ਬੜਾ ਉਸ ਨੂੰ ਮਤਲਬ ਉਹ ਕਰ ਰਹੇ ਨੇ ਜਾਨੀ ਕਿ ਉਹ ਜਿੱਥੇ ਤੱਕ ਲੱਗਿਆ ਮੈਨੂੰ ਵੀ ਉਹ ਆਪਣੇ ਆਪ ਨੂੰ ਕੈਬੀ ਸ਼ਕਤੀਆਂ ਦਾ ਦਾਅਵੇਦਾਰ ਕਹਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਵੀ ਮੇਰੇ ਕੋਲ ਕੋਈ ਅਜਿਹੀ ਕੈਬੀ ਸ਼ਕਤੀ ਹੈ ਕਿ ਮੈਂ ਸ਼ਰਾਬ ਨੂੰ ਪਾਣੀ ਚ ਬਦਲ ਦਿਆਂਗਾ ਜੀ ਜੀ ਤੇ ਆਪਾਂ ਪਹਿਲਾਂ ਉਹ ਟਰਿਕ ਕਰਕੇ ਦਿਖਾ ਦਿੰਦੇ ਆ ਬਿਲਕੁਲ ਬਿਲਕੁਲ ਤਾਂ ਜੋ ਵੀ ਤੁਹਾਨੂੰ ਟਰਿਕ ਹੈਗੇ ਨੇ ਕਰਕੇ ਵਿਖਾਉਣੇ ਨੇ ਉਹਦਾ ਨਾਲ ਦੀ ਉਸ ਤੋਂ ਬਾਅਦ ਲਾਜਿਕ ਵੀ ਹਰ ਗੱਲ ਤਾਂ ਹੋਵੇਗਾ ਕਿਸ ਤਰ੍ਹਾਂ ਇਹ ਸਭ ਕੁਝ ਜਿਹੜਾ ਹੁੰਦਾ ਹੈ ਜਾ ਜਿਹੜਾ ਤੁਹਾਨੂੰ ਪਹਿਲਾ ਟਰਿਕ ਆ ਕਿਉਂਕਿ ਜਦੋਂ ਅਸੀਂ ਸਮਾਜ 'ਚ ਦੇਖਦੇ ਹਾਂ ਤਾਂ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਲੋਕੀ ਹੈਰਾਨ ਹੋ ਜਾਂਦੇ ਨੇ ਇਹ ਅਸ਼ਰਾਬ ਹੈ ਜੀ ਹਾਂਜੀ ਆ ਅਸ਼ਰਾਬ ਹੈ ਜੀ ਜੀ ਤੇ ਆਪਾਂ ਇਹ ਸ਼ਰਾਬ ਜਿਹੜੀ ਹੈਗੀ ਇਹਦੇ ਗਲਾਸ 'ਚ ਪਾ ਦਿੰਦੇ ਆ ਜੀ ਇਸ ਤਰ੍ਹਾਂ ਉਸ ਬਾਬੇ ਦੀ ਵੀ ਸ਼ਰਾਬ ਜਿਹੜੀ ਹੈਗੀ ਉਹ ਗਲਾਸ 'ਚ ਪਾਈ ਹੁੰਦੀ ਆ ਜੀ 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 ਅਸਲ ਦੇ ਵਿੱਚ ਅਸੀਂ ਨੇ ਕੋਈ ਚੀਜ਼ ਨਹੀਂ ਤਰਕਸੀ ਸੁਸਾਇਟੀ ਵੱਲੋਂ ਜੀ ਅਸੀਂ 5 ਲੱਖ ਰੁਪਏ ਦਾ ਨਾਮ ਰੱਖਿਆ ਵੀ ਕੋਈ ਬੰਦਾ ਗੱਲ ਕਹਿੰਦਾ ਹੈਗਾ ਵੀ ਮੈਂ ਆ ਚਮਤਕਾਰ ਕਰਕੇ ਦਿਖਾਉਣਾ ਮੈਂ ਆ ਗੇਬੀ ਸ਼ਕਤੀ ਕਰਕੇ ਦਿਖਾਉਣਾ ਤੇ ਸਾਨੂੰ ਕਰਕੇ ਦਿਖਾ ਦੇ ਸੀ 5 ਲੱਖ ਰੁਪਏ ਨਾਮ ਦੇਵਾਂਗੇ ਅੱਜ ਤੱਕ ਕਿਸੇ ਜਿਹੜਾ ਚੈਲੰਜ ਹੈਗਾ ਤਰਕਸੀ ਸੁਸਾਇਟੀ ਦਾ ਉਸ ਨੂੰ ਕਬੂਲ ਕੀਤਾ ਅੱਜ ਤੱਕ ਕਿਸੇ ਨੇ ਕਿ ਨਹੀਂ ਕੀਤਾ ਅਜੇ ਤੱਕ ਕੁਝ ਲੋਕ ਆਏ ਸੀਗੇ ਕਬੂਲ ਵੀ ਕੀਤਾ ਤੇ ਪਰ ਮੌਕੇ ਜਾ ਕੇ ਜਾਂ ਤਾਂ ਭੱਜ ਗਏ ਉਹ ਜਾਂ ਫਿਰ ਉਹ ਸਾਡੀ ਆਪਣੀ ਸ਼ਕਤੀ ਦਿਖਾ ਨਹੀਂ ਸਕੇ ਜੀ ਜੀ ਇੱਥੇ ਤੁਹਾਡੇ ਚੱਲ ਰਹੀ ਸੀ ਦੱਸ ਦਈਏ ਗੱਲ ਹੂੰ ਕਿ ਸ਼ਰਤਾਂ 23 ਸ਼ਰਤਾਂ ਨੇ ਜੀ 23 ਸ਼ਰਤਾਂ ਚ ਕੋਈ ਵੀ ਇੱਕ ਸ਼ਰਤ ਪੂਰੀ ਕਰਕੇ ਸਾਡੇ ਕੋਲ 5 ਲੱਖ ਰੁਪਏ ਦਾ ਇਨਾਮ ਜਿੱਤ ਸਕਦਾ ਹੈ ਜੀ ਜੀ ਜਿਹੜਾ ਬੰਦਾ ਚੈਲੰਜ ਸਵੀਕਾਰ ਕਰਦਾ ਹੈਗਾ ਜਾਂ ਜਿਹੜਾ ਕਹਿੰਦਾ ਵੀ ਮੇਰੇ ਕੋਲ ਮੈਂ 5 ਲੱਖ ਰੁਪਿਆ ਉਹ ਜਿੱਤਣਾ ਹੈ ਜੀ ਤਾਂ ਉਹਦੀ ਇਹ ਸ਼ਰਤ ਵੀ ਹੈ ਜੀ ਸਾਡੀ ਵੀ ਕਿ 10000 ਰੁਪਏ ਨੂੰ ਜਮਾਨਤ ਵਜੋਂ ਤੌਰ ਤੇ ਜਮ੍ਹਾਂ ਕਰਾਉਣੀ ਪਵੇ ਜਮ੍ਹਾਂ ਕਰਾਉਣੇ ਪੈਣਗੇ ਪਹਿਲਾਂ ਤੇ 5 ਲੱਖ ਰੁਪਏ ਅਸੀਂ ਜਮ੍ਹਾਂ ਕਰਾਵਾਂਗੇ ਜੀ ਉਹਦੇ ਵਿੱਚ ਉਹ ਜਿਹੜਾ 10000 ਰੁਪਏ ਅਸੀਂ ਜਮ੍ਹਾਂ ਕਰਾਉਣੇ ਹੈਗੇ ਆ ਜੀ ਉਹ ਉਹਦਾ ਖਰਚਾ ਹੋਊਗਾ ਜਿਹੜਾ ਉਹਦੇ ਪਰਤਾਲ ਕਰਾਂਗੇ ਜੀ ਜੀ ਯਾਨੀ ਕੋਈ ਸਟੇਜ ਲਾਉਣੀ ਪੈਂਦੀ ਆ ਕਿਤੇ ਵੀ ਜਾਣਾ ਪੈਂਦਾ ਕੁਝ ਵੀ ਕਰਨਾ ਪੈਂਦਾ ਜੀ ਜੀ ਉਹ ਹਾਰਨ ਵਾਲੀ ਧਿਰ ਦਾ ਹੋਊਗਾ ਜੀ ਜੇ ਅਸੀਂ ਹਾਰ ਜੰਨੇ ਆ ਤਾਂ ਉਹ ਸਾਡਾ 5 ਲੱਖ 10 ਹਜ਼ਾਰ ਜਿਹੜਾ ਉਹ ਆਪਦਾ ਚੱਕ ਲੈ ਜੀ ਜਿਹੜਾ ਵੀ ਜੇ ਉਹ ਹਾਰ ਗਿਆ ਤਾਂ ਫਿਰ ਉਹ 10 ਹਜ਼ਾਰ ਜਿਹੜਾ ਜੀ ਜੀ ਗੱਬ ਜੀ ਜੀ ਇਹ ਸਾਡੀ ਸ਼ਰਤ ਹੈ ਤਾਂ ਹੁਣ ਜਿਹੜਾ ਹੈਗਾ ਤੁਹਾਨੂੰ ਸ਼ਰਾਬ ਵਾਲਾ ਜਿਹੜਾ ਟਰੱਕ ਆ ਉਹ ਕਰਕੇ ਵਿਖਾਉਣਗੇ ਤੇ ਆ ਹੁਣ ਮੈਂ ਇਸ ਤਰ੍ਹਾਂ ਵੀ ਉਸ ਬਾਬੇ ਨੇ ਹੱਥ ਰੱਖਿਆ ਹੋਇਆ ਸੀਗਾ ਜੀ 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 ਤੇ ਮੈਂ ਵੀ ਇਸ ਤਰ੍ਹਾਂ ਰੱਖ ਲੈਣਾ ਹੱਥ ਜੀ ਉਹ ਇਸ ਤਰ੍ਹਾਂ ਰੱਖ ਕੇ ਹੱਥ ਤੇ ਇਸ ਤਰ੍ਹਾਂ ਕਰਕੇ ਉਹ ਜੀ ਜੀ ਹਲਾਉਂ ਤੇ ਅਸਲ ਦੇ ਵਿੱਚ ਇਹਨਾਂ ਚੀਜ਼ਾਂ ਦੇ ਪਿੱਛੇ ਕੁਝ ਨਹੀਂ ਹੁੰਦਾਗਾ ਕੋਈ ਗੈਬੀ ਸ਼ਕਤੀਆਂ ਜਾਂ ਉਸ ਤਰ੍ਹਾਂ ਨਹੀਂ ਹੁੰਦਾਗਾ ਕੋਈ ਚਮਤਕਾਰ ਨਹੀਂ ਹੁੰਦਾਗੇ ਇਹਦੇ ਪਿੱਛੇ ਵਿਗਿਆਨ ਕੰਮ ਕਰਦਾ ਸਾਇੰਸ ਕੰਮ ਕਰਦੀ ਹੈ ਜੀ ਜਾਂ ਮਤਲਬ ਇਹਦੇ ਪਿੱਛੇ ਦਿਮਾਗ ਕੰਮ ਕਰਦਾ ਹੈ ਜੀ 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 ਪਰ ਲੋਕ ਇਹ ਨੂੰ ਗੈਬੀ ਸ਼ਕਤੀਆਂ ਬਣਾ ਕੇ ਚਮਤਕਾਰ ਬਣਾ ਕੇ ਪੇਸ਼ ਕਰ ਦਿੰਦੇ ਨੇ ਜੀ ਤੇ ਫਿਰ ਲੋਕੋ ਨੂੰ ਹੀ ਲੱਗਦਾ ਵੀ ਹਾਂ ਯਾਰ ਵਾਕੇ ਹੀ ਇਹ ਦੀ ਚੀਜ਼ ਸੀਗੀ ਇਸ ਤਰ੍ਹਾਂ ਬਣ ਗਈ ਆ ਲੋ ਇਹ ਆ ਜਿਹੜਾ ਸਰਾਬ ਸੀ ਉਹ ਪਾਣੀ ਬਣ ਗਿਆ ਤੁਹਾਡੇ ਸਾਹਮਣੇ ਕੈਮਰਾਮੈਨ ਨੂੰ ਕਹੂੰਗਾ ਕਿ ਬਿਲਕੁਲ ਥੋੜਾ ਨੇੜੇ ਕਰਕੇ ਜਰੂਰ ਵਿਖਾ ਦਿਓ ਇਹ ਜਿਹੜੀ ਸ਼ਰਾਬ ਸੀ ਪਰ ਹੁਣ ਪਾਣੀ ਦੇ ਵਿੱਚ ਬਦਲ ਚੁੱਕੀ ਹੈ। ਜੀ ਉਸ ਬਾਬੇ ਨੇ ਕਰਕੇ ਦਿਖਾਇਆ ਤੇ ਮੈਂ ਵੀ ਕਰਕੇ ਦਿਖਾਤਾ। ਉਹਨੇ ਆਪਣੇ ਆਪ ਨੂੰ ਗੈਬੀ ਸ਼ਕਤੀ ਦੀ ਜ਼ਿੰਮੇਵਾਰ ਕਰਨਾ ਸੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੀ ਤੇ ਮੈਂ ਕਹਿੰਦਾ ਕੁਝ ਨਹੀਂ ਇਹਦੇ ਪਿੱਛੇ ਵਿਗਿਆਨ ਹੈ ਸਾਇੰਸ ਹੈ ਕੀ ਹੈਗਾ ਕਾਰਨ ਉਹ ਆਪਾਂ ਇੱਥੇ ਦਰਸ਼ਕਾਂ ਨੂੰ ਦੱਸਾਂਗੇ ਵੀ ਸਮਝਾਵਾਂਗੇ ਲੋਕਾਂ ਨੂੰ ਤਾਂ ਕਿ ਲੋਕ ਸਮਝ ਜਾਣ ਕਿ ਇਹ ਥੱਗੀਆਂ ਮਾਰਦੇ ਕਿਵੇਂ ਆ। ਜੀ ਜੀ। ਅੱਛਾ ਉਹਨੇ ਤਾਂ ਇਕੱਲਾ ਸ਼ਰਾਬ ਤੋਂ ਪਾਣੀ ਬਣਾਇਆ ਸੀਗਾ। ਹਾਂ। ਤੇ ਮੈਂ ਪਲੱਸ ਕੀ ਕੀਤਾ ਇੱਕ ਵੰ ਟ੍ਰਿਕ ਹੋਰ ਨਾਲ ਤਿਆਰ ਕਰਦਾ ਮੈਂ ਕੱਲ ਨੂੰ ਕੋਈ ਕੋਈ ਬਾਬਾ ਕੋਈ ਹੋਰ ਹੈ ਜੀ ਵੀ ਟ੍ਰਿਕ ਵੀ ਕੱਢ ਸਕਦਾ ਹੈਗਾ ਮੈਂ ਨਾ ਟ੍ਰਿਕ ਹੋਰ ਤਿਆਰ ਕਰਦਾ ਵੀ ਸ਼ਰਾਬ ਤੋਂ ਦੁੱਧ ਬਣਾਉਂਦਾ ਏ ਅੱਛਾ ਹੁਣ ਇਹ ਸ਼ਰਾਬ ਤੋਂ ਦੁੱਧ ਬਣੂਗਾ ਹਾਂਜੀ ਆ ਦੂਜਾ ਗਲਾਸ ਆ ਜੀ ਖਾਲੀ ਜੀ ਹਲੋ ਜੀ ਇਹ ਦੇਖ ਸਕਦੇ ਹਾਂ ਕਿ ਇਹ ਸ਼ਰਾਬ ਪੈ ਰਹੀ ਆ ਪਰ ਦੁੱਧ ਦੇ ਰੂਪ ਚੋ ਬਦਲ ਰਹੀ ਆ ਤੁਸੀਂ ਉਹ ਜਿਹੜਾ ਸ਼ਰਾਬ ਆ ਜੀ ਦੁੱਧ ਬਣ ਗਿਆ ਜੀ ਜੀ ਇਹ ਕੋਈ ਗੈਬੀ ਸ਼ਕਤੀ ਨਾਲ ਨਹੀਂ ਹੁੰਦਾ ਜੀ ਜੀ ਤੰਤਰ ਮੰਤਰ ਨਾਲ ਨਹੀਂ ਹੁੰਦਾ ਜੀ ਕਿਸੇ ਜਾਦੂ ਟੂਨੇ ਨਾਲ ਨਹੀਂ ਹੁੰਦਾ ਜੀ ਇਹਦੇ ਪਿੱਛੇ ਵਿਗਿਆਨ ਕੰਮ ਕਰਦੀ ਹੈ ਇਹਦੇ ਵਿੱਚ ਸਾਇੰਸ ਕੰਮ ਕਰ ਰਿਹਾ ਜੀ ਜੀ ਹੁਣ ਅਸਲ ਦੇ ਵਿੱਚ ਗੱਲ ਕੀ ਹੈਗੀ ਆ ਹਮ ਅਸੀਂ ਕੋਈ ਗੱਲ ਕਹਿੰਦੇ ਆ ਲੋਕਾਂ ਨੂੰ ਵੀ ਯਾਰ ਤੁਸੀਂ ਕੋਈ ਬੰਦਾ ਕਹਿੰਦਾ ਨਾ ਕਿ ਮੈਂ ਆ ਚੀਜ਼ ਪੈਦਾ ਕਰਕੇ ਦਿਖਾਉਣਾ ਜਾਂ ਮੈਂ ਚੀਜ਼ ਗਾਇਬ ਕਰਕੇ ਦਿਖਾਉਣਾ ਪਰ ਉਹਦਾ ਸਮਾਨ ਦੇਖ ਲਓ ਜੀ ਉਹਦਾ ਬੈਗ ਚੋਲਾ ਜੋ ਕੁਝ ਵੀ ਹੈ ਉਸ ਕੋਲ ਉਹਦਾ ਫਰੋੜ ਲਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਚਮਤਕਾਰ ਕਰਦਾ ਕਿਵੇਂ ਆ ਮੰਨ ਲਓ ਜਿਵੇਂ ਹੁਣ ਮੈਂ ਤੁਹਾਨੂੰ ਕਹਿਆ ਸੀ ਵੀ ਮੈਂ ਸ਼ਰਾਬ ਦਾ ਪਾਣੀ ਬਣਾਉਂਗਾ ਹਮ ਜਾਂ ਤੁਸੀਂ ਤੁਹਾਡੇ ਕੈਮਰਾਮੈਨ ਤੁਹਾਡੀ ਟੀਮ ਹੂੰ ਮੈਨੂੰ ਪਹਿਲਾਂ ਚੱਕ ਕੇ ਗਲਾਸ ਜੇ ਦੇਖ ਲੈਂਦੀ ਇਹ ਹੂੰ ਤਾਂ ਪਤਾ ਲੱਗ ਜਾਣਾ ਸੀ ਵੀ ਇਹ ਕਿਵੇਂ ਬਣ ਰਿਹਾ ਹੈ ਜੀ ਜਾਂ ਤੁਸੀਂ ਮੇਰਾ ਆਹ ਸ਼ਰਾਬ ਹੀ ਚੈੱਕ ਕਰ ਲੈਂਦੇ ਹੂੰ ਅਸਲ ਦੇ ਵਿੱਚ ਕੀ ਹੈ ਕਿ ਇਹ ਸ਼ਰਾਬ ਨਹੀਂ ਹੈ ਜੀ ਕਲਰ ਸ਼ਰਾਬ ਦਾ ਹੈ ਬੋਤਲ ਸ਼ਰਾਬ ਵਾਲੀ ਹੈ ਪਰ ਸ਼ਰਾਬ ਨਹੀਂ ਹੈ ਜੀ ਹੁਣ ਜੇ ਇਹ ਹੀ ਸ਼ਰਾਬ ਹੂੰ ਤੁਸੀਂ ਮੈਨੂੰ ਲਿਆ ਕੇ ਠੇਕੇ ਤੋਂ ਫੜਾ ਦਿਓ ਹੂੰ ਵੀਰੇ ਸੋਨੀ ਸਾਹਿਬ ਇਹਨੂੰ ਇਹਦਾ ਪਾਣੀ ਬਣਾਈ ਨਹੀਂ ਬਣਦਾ ਜੀ ਕਿ ਕਿਆਲੀ ਦਾ ਅਸਲੀ ਸ਼ਰਾਬ ਦਾ ਪਾਣੀ ਨਹੀਂ ਬਣਦਾ ਤੇ ਇਹਦੇ ਵਿੱਚ ਕੀ ਸੀਗਾ ਕਿ ਇਹਦੇ ਵਿੱਚ ਮੈਂ ਆ ਸ਼ਰਾਬ ਵਾਲੀ ਬੋਤਲ 'ਚ ਪਾਣੀ ਪਾ ਕੇ ਇੱਕ ਢੱਕਣ ਬਿਟਾ ਡੀਨ ਦਾ ਪਾਤਾ ਜੀ ਬਿਟਾ ਡੀਨ ਜਿਹੜੀ ਜ਼ਖਮ ਸਾਫ਼ ਕਰਨ ਵਾਸਤੇ ਡਾਕਟਰ ਵਰਤਦੇ ਆ ਉਹ ਪਾਤਾ ਉਹ ਹੀ ਸ਼ਰਾਬ ਬਣਗੀ ਜੀ ਹੁਣ ਜਿਹੜੀ ਆ ਚੀਜ਼ ਮੈਂ ਪਾਣੀ ਬਣਾਇਆ ਮੈਂ ਬਣਾਇਆ ਜਾਂ ਉਸ ਬਾਬੇ ਨੇ ਬਣਾਇਆ ਹੂੰ ਹੂੰ ਉਹ ਜਿਹੜੀ ਮੈਂ ਕਿਹਾ ਕੀਤਾ ਕਿ ਕਹਾ ਵਿਟਾਮਿਨ ਸੀ ਦੀ ਮਲਟੀਪਲੈਕਸ ਗੋਲੀ ਆਉਂਦੀ ਹੈ ਜੀ ਆ ਵਿਟਾਮਿਨ ਸੀ ਦੀ ਮਲਟੀਪਲੈਕਸ ਗੋਲੀ ਜੀ ਜੀ ਇਹਦਾ ਚੌਥਾ ਕਿਸ਼ਾ ਟੁਕੜਾ ਮੈਂ ਤੋੜ ਕੇ ਤੇ ਮੇਰੀਆਂ ਉਂਗਲਾਂ ਦੇ ਵਿੱਚ ਸੀਗਾ ਜੀ ਜਦੋਂ ਮੈਂ ਇਹ ਕਰਕੇ ਕੀਤਾ ਉਹ ਟੁਕੜਾ ਉਹਦੇ ਵਿੱਚ ਸਿੱਟਦਾ ਜੀ ਸਿੱਟ ਕੇ ਜਦੋਂ ਮੈਂ ਇਸ ਤਰ੍ਹਾਂ ਕਰਕੇ ਗਲਾਸ ਨੂੰ ਹਿਲਾਇਆ ਹੂੰ ਤੇ ਉਹ ਜਿਹੜਾ ਟੁਕੜਾ ਸੀਗਾ ਗੋਲੀ ਦਾ ਉਹ ਵਿੱਚ ਖੁਰ ਗਿਆ ਜੀ ਜਦੋਂ ਉਹ ਮਲਟੀਪਲਸ ਗੋਲੀ ਦਾ ਤੇ ਇਹਦਾ ਵਿਟਾਮਿਨ ਦਾ ਆਪਣਾ ਬਿਟਾਡੀਨ ਦਾ ਜੀ ਰਿਐਕਸ਼ਨ ਹੋਇਆ ਜੀ ਤੇ ਉਹਦੇ ਰਿਐਕਸ਼ਨ ਦੇ ਵਿੱਚ ਪਾਣੀ ਜਿਹੜਾ ਸੀ ਉਹਦਾ ਰੰਗ ਜਿਹੜਾ ਸੀਗਾ ਚੇਂਜ ਹੋ ਗਿਆ ਜੀ ਜੀ ਰੰਗ ਚੇਂਜ ਹੋ ਗਿਆ ਉਹ ਅਸਲੀ ਉਹਦੇ ਪਾਣੀ ਵਾਲੇ ਚੇਂਜ ਆ ਗਿਆ ਜੀ ਜੀ ਜਿਹੜੀ ਆ ਚੀਜ਼ ਸੀਗੀ ਜੀ ਇਹਦੇ ਥੱਲੇ ਮੈਂ ਡਟੋਲ ਪਾਈ ਹੋਈ ਸੀ ਜੀ ਡਟੋਲ ਵੀ ਡਾਕਟਰ ਵਰਤਦੇ ਆ ਜਖਮ ਸਾਫ਼ ਕਰਨ ਵਾਸਤੇ ਜੀ ਜੀ ਡਟੋਲ ਦੀ ਇੱਕ ਫਿਤਰ ਹੈ ਕਿ ਡਟੋਲ ਨੂੰ ਤੁਸੀਂ ਕਿਸੇ ਜੀ ਪਾ ਲੋ ਚਾਹੇ ਤਸ਼ਰਾਬ ਪਾ ਲੋ ਚਾਹੇ ਤੁਸੀਂ ਪਾਣੀ ਪਾ ਲੋ ਚਾਹੇ ਕੋਈ ਕੁਝ ਪਾ ਲੋ ਉਹਨੇ ਵਾਈਟ ਹੀ ਹੋਣਾ ਜੀ ਉਹਦਾ ਰੰਗ ਚਿੱਟਾ ਹੋਣਾ ਤੇ ਇਹ ਤੋਂ ਇਹ ਦੁੱਧ ਬਣ ਗਿਆ ਜੀ ਜੀ ਤਾਂ ਅੱਜ ਜਿਹੜਾ ਕੋ ਤੁਹਾਨੂੰ ਬੁਖਾਰ ਆ ਰਹੇ ਆ ਸਾਡਾ ਵੀ ਬੁਖਾਉਣ ਦਾ ਇੱਕੋ ਇੱਕ ਕਾਰਨ ਹੈ ਕਿ ਕੁਝ ਅਜਿਹੇ ਲੋਕ ਹੁੰਦੇ ਨੇ ਜਿਹੜੇ ਬਹੁਤ ਸਾਰੇ ਲੋਕਾਂ ਨਾਲ ਠੱਗੀ ਮਾਰਦੇ ਨੇ ਤਾਂ ਉਹਨਾਂ ਠੱਗੀਆਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਪੂਰੀ ਗੱਲਬਾਤ ਨੂੰ ਲੈ ਕੇ ਅੱਜ ਅਸੀਂ ਜਸਵੀਰ ਸੋਨੀ ਹੋਣਿਆਂ ਕੋਲ ਪਹੁੰਚੇ ਹੋਏ ਹਾਂ ਤਾਂ ਹੋਰ ਵੀ ਜਿਹੜੇ ਟਰੈਕ ਨੇ ਉਹ ਵੀ ਕਰਕੇ ਵਿਖਾਉਣਗੇ ਸਾਡਾ ਇੱਕ ਇੱਕ ਕਾਰਨ ਹੈ ਇਹ ਵੀਡੀਓ ਕਰਨ ਦਾ ਇਹ ਸਟੋਰੀ ਕਰਨ ਦਾ ਕਿ ਲੋਕਾਂ ਨੂੰ ਸਮਝ ਆ ਸਕੇ ਕਿ ਉਹਨਾਂ ਨੂੰ ਠੱਗਿਆ ਕਿਸ ਤਰ੍ਹਾਂ ਜਾਂਦਾ ਲੁੱਟਿਆ ਕਿਸ ਤਰ੍ਹਾਂ ਜਾਂਦਾ ਇਹ ਜਿਹੜੇ ਦੋ ਟਰੈਕ ਸੀ ਉਹਨਾਂ ਬਾਰੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਹੁੰਦਾ ਹੈ ਕਿਉਂਕਿ ਆਮ ਤੌਰ ਤੇ ਹੁੰਦਾ ਕਿ ਅਸੀਂ ਨਹੀਂ ਦੇਖਦੇ ਜਿਹੜਾ ਵੀ ਉਹਨਾਂ ਕੋਲ ਸਮਾਨ ਹੁੰਦਾ ਲੇਕਿਨ ਉਸ ਤਰ੍ਹਾਂ ਦੇ ਉਹਨਾਂ ਕੋਲ ਸਭ ਕੁਝ ਬਣਿਆ ਹੁੰਦਾ ਹੈ ਤਾਂ ਜਸਵੀਰ ਸੋਨੀ ਉਹਨਾਂ ਨੇ ਸਾਨੂੰ ਦੱਸਿਆ ਤਾਂ ਅਗਲਾ ਜਿਹੜਾ ਟਰਿਕ ਆ ਉਹ ਆਪਾਂ ਕਿਹੜਾ ਕਰਨਾ ਜੀ ਹਾਂਜੀ ਅੱਗੇ ਇੱਕ ਇਸੇ ਤਰ੍ਹਾਂ ਦਾ ਹੀ ਟਰਿਕ ਹੋਰ ਚੱਲ ਰਿਹਾ ਹੈਗਾ ਜੀ ਜੀ ਉਹਦੇ ਉੱਤੇ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈਗਾ ਉਹ ਵੀ ਕੋਈ ਬਾਬਾ ਹੈਗਾ ਜੀ ਉਹ ਬਾਬਾ ਕੀ ਕਰਦਾ ਕਿ ਉਹਦੇ ਕੋਲੇ ਇਸ ਤਰ੍ਹਾਂ ਮਤਲਬ ਜਿਹੜੇ ਲੱਕੜਾਂ ਪਈਆਂ ਹੁੰਦੀਆਂ ਨੇ ਜੀ ਜਿਵੇਂ ਆਹ ਪਈਆਂ ਨੇ ਮੇਰੇ ਕੋਲੇ ਜੀ ਉਹ ਲੱਕੜਾਂ ਦੇ ਉੱਤੇ ਕਿਉਂ ਬੋਂਦਾ ਜੀ ਤੇ ਕਿਉਂ ਬਨ ਕੋਈ ਬੱਚਸ ਨਹੀਂ ਜਗਾਉਂਦਾ ਕੋਈ ਤਿੱਲੀ ਨਹੀਂ ਜਗਾਉਂਦਾ ਕੋਈ ਲੈਟਰ ਨਹੀਂ ਕੁਛ ਨਹੀਂ ਜਗਾਉਂਦਾਗਾ ਤੇ ਆਟੋਮੈਟਿਕਲੀ ਉਹਨਾਂ ਲੱਕੜਾਂ ਨੂੰ ਅੱਗ ਲੱਗਦੀ ਅੱਗ ਲੱਗ ਜਾਂਦੀ ਅੱਗ ਲੱਗ ਜਾਂਦੀ ਨਿਕਲ ਜਾਂਦੇ ਉੱਥੇ ਬਹੁਤ ਸਾਰੇ ਲੋਕ ਬੈਠੇ ਹੁੰਦੇ ਦਾਲੇ ਦੋਲੇ ਜੀ ਤੇ ਉਹਨਾਂ ਨੂੰ ਹੀ ਲੱਗਦਾ ਵੀ ਬਾਬੇ ਨੇ ਕੋਈ ਤੰਤਰਾਂ ਮੰਤਰਾਂ ਨਾਲ ਜਾਂ ਮਤਲਬ ਕਿ ਗੈਬੀ ਸ਼ਕਤੀ ਨਾਲ ਇਹ ਸਰਪ ਕਿਉਂ ਪਾ ਕੇ ਅੱਗ ਲੱਗ ਜੀ ਜੀ ਇਦਾਂ ਨਹੀਂ ਹੁੰਦਾਗਾ ਅਸੀਂ ਚੈਲੰਜ ਕਰਦੇ ਆਂ ਜੀ ਅਸਲ ਦੇ ਵਿੱਚ ਕਈ ਵਾਰੀ ਨਾ ਇੱਕ ਗੱਲ ਮੈਂ ਇਹ ਵਿਚਾਰ ਦੀ ਕੁਝ ਹੋਰ ਕਰਨੀ ਕਰੂੰਗਾ ਹਮ ਕਿ ਜਿਹੜੇ ਲੋਕ ਕਹਿੰਦੇ ਨੇ ਵੀ ਫਲਾਣਾ ਬਾਬਾ ਯਾਰ ਪੁੱਛਾਂ ਉਹ ਸੱਚ ਸੱਚ ਦੱਸ ਅਬ ਪਿਛਲੇ ਸਾਲ ਦੀ ਗੱਲ ਲੈ ਗਏ ਜਦੋਂ ਕਰੋਨਾ ਚੱਲਿਆ ਸੀ ਜਿਆਦਾ ਹਾਂਜੀ ਹਾਂਜੀ 21 ਤੇ 2 ਕੁ ਮਹੀਨੇ ਲਾਕਡਾਊਨ ਰਿਹਾ ਜੀ ਲਾਕਡਾਊਨ ਰਿਹਾ ਲਾਕਡਾਊਨ ਦੇ ਵਿੱਚ ਸਾਰਾ ਸਭ ਲੋਕ ਘਰੋ ਘਰ ਬੈਠੇ ਸੀਗੇ ਪਰ ਉਦੋਂ ਮੈਂ ਤੁਹਾਡੇ ਚੈਨਲ ਨੇ ਦੱਸਣਾ ਚਾਹੁੰਦਾ ਵੀ ਨਾ ਤਾਂ ਉਦੋਂ ਕਿਸੇ ਨੂੰ ਭੂਤਾਂ ਚੁੰਬੜੀਆਂ ਜੀ ਤੇ ਨਾ ਫਿਰ ਬਾਬਿਆਂ ਦੀਆਂ ਗੈਬੀ ਸ਼ਕਤੀਆਂ ਬਾਹਰ ਆਈਆਂ ਬਾਬਿਆਂ ਦੀਆਂ ਗੈਬੀ ਸ਼ਕਤੀਆਂ ਵੀ ਅੰਦਰ ਲੁੱਕ ਕੇ ਬੈਗੀਆਂ ਸੀਗੇ ਹੂੰ ਤਾਂ ਉਹ ਸਮਝ ਕਿ ਹੋਇਆ ਕਿ ਉਦੋਂ ਬੜੇ ਡੇਰ ਦੇ ਵਿੱਚ ਮੈਂ ਖਬਰ ਬੜੀ ਅਖਬਾਰ ਦੇ ਵਿੱਚ ਜੀ ਜੋ ਥੋੜੀ ਢਿੱਲ ਮਿਲੀ ਉਹ ਢਿੱਲ ਦੇ ਵਿੱਚ ਕੀ ਹੋਇਆ ਕਿ ਬਾਬੇ ਨੇ ਆਦੀਆਂ ਚੌਂਕੀਆਂ ਲਾਉਣੀਆਂ ਸ਼ੁਰੂ ਕਰਤੀਆਂ ਲੋਕ ਆਉਣ ਲੱਗੇ ਆਉਣ ਲੱਗੇ ਤੇ 10 ਦਿਨਾਂ ਬਾਅਦ ਪਤਾ ਲੱਗਾ ਕਿ ਬਾਬੇ ਨੂੰ ਕਰੋਨਾ ਹੋ ਗਿਆ ਜੀ ਹੁਣ ਜਿਹੜੇ ਬਾਬੇ ਲੋਕਾਂ ਨੂੰ ਸਾਰਾ ਕੁਝ ਦੱਸਦੇ ਆ ਹੂੰ ਇਥੋਂ ਤੱਕ ਵੀ ਰੁਕੇ ਨਹੀਂ ਵੀ ਯਾਰ ਫਰਾਨਾ ਬਾਬਾ ਦਾ ਉੱਥੇ ਬੈਠਾ ਸਾਡੇ ਘਰ ਦਾ ਰੰਗ ਵੀ ਦੱਸ ਦਿੰਦਾ ਜੀ ਉਹ ਐਸ ਕਰਦਾ ਆ ਰੰਗ ਕੀਤਾ ਜੀ ਬਹੁਤ ਗੱਲ ਹੁੰਦੀ ਹੈ ਜਿਹੜੇ ਲੋਕ ਵੀ ਉੱਥੇ ਜਾਂਦੇ ਜਾਂ ਉਹ ਸਾਨੂੰ ਸਾਰੀਆਂ ਨਿਸ਼ਾਨੀਆਂ ਦੱਸ ਦਿੰਦਾ ਤੁਹਾਡੇ ਘਰ ਦਾ ਬਾਹਰ ਇਹਦੇਲੇ ਪਾਸੇ ਆ ਉਸ ਬਾਬੇ ਨੂੰ ਇਹ ਨਹੀਂ ਪਤਾ ਲੱਗਾ ਵੀ ਜਿਹੜੇ ਆ ਬੰਦੇ ਮੇਰੇ ਕੋਲ ਆ ਰਹੇ ਨੇ ਪੁੱਛਾ ਲੈਣ ਇਹਨਾਂ ਦੇ ਵਿੱਚ ਕੋਈ ਕਰੋਨਾ ਦਾ ਮਰੀਜ਼ ਹੈ ਤੇ ਮੈਨੂੰ ਵੀ ਕਰੋਨਾ ਹੋ ਸਕਦਾ ਉਹਦੀ ਸ਼ਕਤੀ ਨੇ ਦੱਸਿਆ ਦਿਉ ਨੂੰ ਜੀ ਸੋ ਇਸ ਕਰਕੇ ਅਸੀਂ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਥੋੜਾ ਜਿਹਾ ਦਿਮਾਗ ਲਾਓ ਜੇ ਤੋ ਇਹਦੇ ਪਿੱਛੇ ਕੋਈ ਗੱ비 ਸ਼ਕਤੀਆਂ ਨਹੀਂ ਹੁੰਦੀਆਂ ਸ਼ਕਤੀਆਂ ਹੁਣ ਤਾਂ ਬਾਬੇ ਆਪ ਦਾ ਬਚਾਓ ਆਪ ਹੀ ਕਰ ਲੰਦਾ ਜੀ 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 ਇਹ ਜੋ ਹੋਰ ਬਹੁਤ ਸਾਰੇ ਬਾਬੇ ਨੇ ਜੀ ਜੀ ਤਾਂ ਹੁਣ ਜਿਹੜਾ ਅੱਗ ਲਾ ਕੇ ਜਿਹੜਾ ਹੈ ਆਪਾਂ ਟਰੱਕ ਉਹ ਕਰਨਗੇ ਹਾਂ ਆ ਮੇਰੇ ਕੋਲੇ ਕਿਉਂ ਹੈਗਾ ਜੀ ਤੇ ਚਪਿਆਗਾ ਜੀ ਤੇ ਇਹਨੂੰ ਆਪਾਂ ਜਿਹੜਾ ਹੈਗਾ ਲੱਕੜਾਂ ਦੇ ਪਾਵਾਂਗੇ ਜੀ ਉਹ ਉਸ ਤੋਂ ਬਾਅਦ ਲੱਕੜਾਂ ਦੇ ਪਾਉਣ ਤੋਂ ਬਾਅਦ ਫਿਰ ਪੰਜ ਚਾਰ ਮਿੰਟ ਮੰਤਰ ਮੰਤਰ ਜੇ ਪੜ੍ਹਨ ਦਾ ਉਹ ਕਰਦਾ ਹੈਗਾ ਅੱਛਾ ਜੀ ਤੇ ਉਹ ਮੰਤਰ-ਮੰਤਰ ਜੇ ਪੜਦਾ ਹੈਗਾ ਹੋਰ ਕਰਦਾ ਹੈਗਾ ਤੇ ਉਹ ਇੱਕਦਮ ਜਿਹੜੀ ਹੈਗੀ ਹੈ ਮਤਲਬ ਅੜ ਕੇ ਅੱਗ ਲੱਗ ਜਾਂਦੀ ਹੈ ਜੀ ਜੀ ਤੇ ਲੋਕ ਬੜੇ ਹੈਰਾਨ ਹੁੰਦੇ ਨੇ ਜੀ ਜੀ ਤੇ ਅਕਸਰ ਉਹ ਕੱਲਾ ਉਹ ਨੀਗਾ ਹੋਰ ਵੀ ਬਹੁਤ ਸਾਰੇ ਬਾਬੇ ਆਜਾ ਕੁਝ ਕਰਦੇ ਆ ਜੀ ਜੀ ਇਹ ਤੂੰ ਹੁਣ ਨਿਕਲ ਲੱਗ ਗਿਆ ਅੱਗ ਲੱਗ ਤਾਂ ਨੇੜੇ ਹੋ ਕੇ ਜਿਹੜਾ ਥੋੜਾ ਜਿਆ ਇਹ ਦੇਖ ਲੋ ਵੀ ਇਹ ਜਿਹੜੀ ਅੱਗ ਲੱਗ ਗਈ ਹੈ ਕਿਉਂਕਿ ਸਿਰਫ ਕਿਉਂ ਪਾਇਆ ਗਿਆ ਉਸ ਤੋਂ ਬਾਅਦ ਕੋਈ ਵੀ ਮਸਚੂ ਗੈਰਾ ਜਿਹੜੀ ਨਹੀਂ ਵਰਤੀ ਗਈ ਤਾਂ ਇਸ ਨੂੰ ਅੱਗ ਲੱਗ ਗਈ ਹਾਂਜੀ ਤੇ ਇਸ ਤਰੀ ਉਹ ਬਾਬਾ ਕਲਾਉਂਦਾ ਹੈਗਾ ਜੀ ਹੁਣ ਇਹਦੇ ਵਿੱਚ ਕਿਉਂਕਿ ਜਦੋਂ ਐਦਾ ਕੋਈ ਕਰਕੇ ਦਿਖਾਊਗਾ ਹੁਣ ਸਾਡੇ ਲੋਕੋ ਨੂੰ ਇਸ ਗੱਲ ਦੀ ਸਮਝ ਨਹੀਂ ਆ ਸਾਡੇ ਲੋਕ ਸਮਝਣਗੇ ਯਾਰ ਵਾਕਈ ਏ ਤਾਂ ਦੇਖੋ ਤੁਹਾਡੇ ਸਾਹਮਣੇ ਲਾੜ ਚੱਲ ਪਿਆ ਇਹ ਬਿਲਕੁਲ ਜੀ ਬਿਨਾ ਆਸ ਤੋਂ ਬਿਨਾ ਤੀਲੀ ਤੋਂ ਬਿਨਾ ਕਿਸੇ ਲੈਟਰ ਤੋਂ ਹੂੰ ਤਾਂ ਬਾਕੀ ਵਿੱਚ ਕੋਈ ਗੱ비 ਸ਼ਕਤੀ ਹੈ ਅਸਲ ਵਿੱਚ ਕੋਈ ਗੱ비 ਸ਼ਕਤੀ ਨਹੀਂ ਇਹਦੇ ਵਿੱਚ ਜੀ ਜੀ ਇਹਦੇ ਪਿੱਛੇ ਇੱਕ ਕਾਰਨ ਕੰਮ ਕਰਦਾ ਕਾਰਨ ਕੀ ਹੈਗਾ ਜੀ ਇਹਦੇ ਪਿੱਛੇ ਜਿਹੜਾ ਹੈਗਾ ਮਤਲਬ ਅਸਲ ਦੇ ਵਿੱਚ ਮੈਂ ਕੀ ਕੀਤਾ ਹੂੰ ਕਿ ਜਿਹੜੀਆਂ ਲੱਕੜਾਂ ਰੱਖੀਆਂ ਸੀਗੀਆਂ ਜੀ ਜੀ ਇਹਨਾਂ ਲੱਕੜਾਂ ਦੇ ਥੱਲੇ ਪੁੱਟਾ ਸ਼ੀਮ ਪਰਮੈਗਨੇਟ ਪਾਈ ਹੋਈ ਸੀ ਜੀ ਜਿਹਨੂੰ ਲਾਲ ਦਵਾਈ ਕਹਿੰਦੇ ਆ ਜੀ 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 ਅਕਸਰ ਪਾਣੀ ਸਾਫ਼ ਕਰਨ ਵਾਸਤੇ ਵਰਤੀ ਜਾਂਦੀ ਹੈ ਬਿਲਕੁਲ ਕਈ ਵਾਰੀ ਡਾਕਟਰ ਜਦੋਂ ਆਪਣਾ ਬੰਦਾ ਜਾਲਾ ਕੱਢਦੇ ਹੈਗੇ ਤਾਂ ਮੂੰਹ ਦੇ ਵਿੱਚ ਕੁਰਲੀ ਕਰਨ ਵਾਸਤੇ ਦਿੰਦੇ ਹੈਗੇ ਜੀ 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 ਉੱਥੇ ਵੀ ਉਹ ਵਰਤੀ ਜਾਂਦੀ ਹੈ ਤੇ ਜਿਹੜਾ ਆ ਮਤਲਬ ਕਿਓ ਕਿਆ ਸੀਗਾ ਅਸਲ 'ਚ ਕਿਓ ਨਹੀਂਗਾ ਜੀ ਇਹ ਇਹ ਗਲੈਸਰੀਨ ਹੈ ਜੀ ਜਦੋਂ ਮੂੰਹ 'ਚ ਛਾਲੇ ਹੋ ਜਾਂਦੇ ਆ ਉਹਨੂੰ ਫੰਬਾ ਲਾਉਣ ਨੂੰ ਡਾਕਟਰ ਦਿੰਦੇ ਆ ਹਾਂਜੀ ਹਾਂਜੀ ਉਹ ਗਲੈਸਰੀਨ ਹੈ ਜੀ ਜਦੋਂ ਗਲਾਈਸਰੀਨ ਦਾ ਤੇ ਪੋਟਾਸ਼ੀਅਮ ਪਰਬਾਂ ਗ੍ਰੇਡ ਦਾ ਆਪਸ ਵਿੱਚ ਮੇਲ ਹੋਇਆ ਜੀ ਉਹਦੇ ਰਿਐਕਸ਼ਨ ਦੇ ਵਿੱਚੋਂ ਫਿਰ ਜਿਹੜੀ ਸੀਗੀ ਅੱਗ ਪੈਦਾ ਹੋ ਜੀ ਤੇ ਇਸੇ ਤਰ੍ਹਾਂ ਇਹ ਅੱਗ ਜਿਹੜੀ ਬਾਬੇ ਨੇ ਪੈਦਾ ਕੀਤੀ ਤਾਂ ਪਰ ਉਹ ਲੋਕਾਂ ਨੂੰ ਇਹ ਲੱਗਦਾ ਕਿ ਯਾਰ ਬਾਕੀ ਤਾਂ ਇੱਕ ਮੈਂ ਕਹਿੰਨਾ ਵੀ ਗੈਵੀ ਸ਼ਕਤੀ ਹੈ ਲੋਕਾਂ ਨੂੰ ਇਹ ਲੱਗਦਾ ਹੈ ਤਾਂ ਉਹ ਉਹਦੇ ਨਾਲ ਫਿਰ ਜੁੜਦੇ ਨੇ ਤੇ ਫੇਰ ਹੀ ਉਹ ਵੱਡੇ ਪੱਧਰ ਤੇ ਉਹਨਾਂ ਦੀ ਲੁੱਟ ਹੁੰਦੀ ਹੈ ਲੁੱਟ ਹੁੰਦੀ ਹੈ ਜਿਵੇਂ ਇੱਥੇ ਇਹ ਮੰਨ ਲਓ ਵੀ ਆਹੀ ਟਰਿਕ ਮੈਂ ਆ ਚਿੱਟੇ ਕੁਰਤੇ ਤੇ ਪਜਾਮੇ ਵਿੱਚ ਜਾ ਕੇ ਭਗਮਾ ਉਹ ਜਾਂ ਉਦੋਂ ਦਾ ਪਾ ਕੇ ਗੜਜ ਮਾਲਾ ਪਾ ਕੇ ਜਾਂ ਹੋਰ ਚੀਜ਼ ਪਾ ਕੇ ਤੇ ਮੈਂ ਆ ਟਰਿਕ ਕਰਦਾ ਲੋਕ ਮੇਰੇ ਮਗਰ ਲੱਗ ਜਾਣਗੇ ਤੁਰ ਪੈਣਗੇ ਜੀ ਯਾਰ ਬਾਬੇ ਨੂੰ ਤਾਂ ਬਿਨਾਂ ਉਸ ਤੋਂ ਅੱਗ ਲਾਤੀ ਜੀ ਜਦੋਂ ਕਿ ਇਹਦੇ ਪਿੱਛੇ ਕੰਮ ਵਿਗਿਆਨ ਕਰ ਰਿਹਾ ਸਾਇੰਸ ਕੰਮ ਕਰ ਰਿਹਾ ਇਹ ਕੋਈ ਗੈਵੀ ਸ਼ਕਤੀ ਨਹੀਂ ਜੀ ਜੀ ਕਿਸੇ ਬਰ ਤਾਂ ਇਹ ਵੀ ਹੁੰਦਾ ਹੈ ਕਿ ਜੇ ਜੇ ਆਪਾਂ ਗੱਲ ਕਰ ਲਈਏ ਨਾ ਪਿੰਡਾਂ ਦੀਆਂ ਜਿਹੜੇ तकरीबन ਮੈਨੂੰ ਲੱਗਦਾ ਕਿ ਛੋਟੇ ਤੋਂ ਵੱਡੇ ਪਿੰਡਾਂ ਤੱਕ ਕਈ ਵੱਡੇ ਪਿੰਡਾਂ ਦੀ ਤਾਂ ਪੰਜ-ਪੰਜ ਵੀ ਹੈ ਜਿਨ੍ਹਾਂ ਨੂੰ ਆਮ ਤੌਰ ਤੇ ਲੋਕ ਸਿਆਣੇ ਦਾ ਨਾਮ ਦਿੰਦੇ ਨੇ ਤੇ ਛੋਟੇ ਪਿੰਡਾਂ 'ਚ ਵੀ ਇੱਕ ਤੋਂ ਦੋ ਨੇ ਉਹਨਾਂ ਜ਼ਿਆਦਾਤਰ ਔਰਤਾਂ ਹੀ ਉਹਨਾਂ ਦੇ ਮਾਲੋ ਉਸ ਬਹਿਕਾਵੇ 'ਚ ਆਉਂਦੀਆਂ ਔਰਤ ਹੀ ਉਹਨਾਂ ਦੀ ਜ਼ਿਆਦਾਤਰ ਗੱਲਬਾਤ 'ਚ ਆਉਂਦੀ ਹੈ ਹਾਂ ਬਹਿਕਾਵੇ ਦੇ ਵਿੱਚ ਕੀ ਅਸਲ ਦੇ ਵਿੱਚ ਕਾਰਨ ਕੀ ਹੈ ਸਾਡੇ ਜਿਹੜੀ ਸਮਾਜ ਦਾ ਸਿਸਟਮ ਕੀ ਹੈ ਕਿ ਜਿਹੜੀ ਸਾਡੇ ਔਰਤ ਦੀ ਸਥਿਤੀ ਕੀ ਹੈ ਸਮਾਜ ਦੇ ਵਿੱਚ ਹੂੰ ਔਰ ਦੀ ਸਥਿਤੀ ਬਹੁਤ ਮਾੜੀ ਹੈ ਸ਼ੁਰੂ ਤੋਂ ਲੈ ਕੇ ਹਮ ਯਗੰਦੂ ਲੈ ਕੇ ਜੀ ਚਾਹੇ ਰਾਜੇ ਮਹਾਰਾਜ ਦਾ ਸਮਾਹ ਹੋਵੇ ਚਾਹੇ ਜ਼ਗੀਰਦਾਰ ਦਾ ਸਮਾਹ ਹੋਵੇ ਚਾਹੇ ਅੱਜ ਦਾ ਸਮਾਹ ਹੈਗਾ ਹਮ 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 ਦਿਮਾਗ ਦਾ ਜਿਹੜਾ ਹੈਗਾ ਦਬਾਅ ਦੇ ਵਿੱਚ ਰਹਿੰਦਾ ਦਿਮਾਗ ਉਹਨਾਂ ਦਾ ਤੇ ਹੌਲੀ-ਹੌਲੀ ਜਿਹੜਾ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਡਿਪਰੈਸ਼ਨ ਸ਼ਿਕਾਰ ਹੋ ਕੇ ਫਿਰ ਉਹ ਇਸ ਦਾ ਕੁਝ ਮਤਲਬ ਕਰਨ ਲੱਗ ਜਾਂਦੇ ਨੇ ਤਾਂ ਹੁਣ ਇਸ ਤੋਂ ਬਾਅਦ ਆਪਾਂ ਕਿਹੜਾ ਟਰੈਕ ਕਰਨਾ ਹੈ ਇਸ ਤੋਂ ਬਾਅਦ ਇੱਕ ਹੋਰ ਆਪਾਂ ਤੁਹਾਨੂੰ ਦਿਖਾਉਣਾ ਹੈ ਟਰੈਕ ਜੀ ਜੀ ਇੱਕ ਹੋਰ ਕਰਦੇ ਹੁੰਦੇ ਨੇ ਬਾਬੇ ਹਮ ਆ ਮੇਰੇ ਕੋਲ ਇੱਕ ਦੀਵਾ ਹੈ ਜੀ ਖਾਲੀ ਹੈ ਬਿਲਕੁਲ ਤੇ ਆ ਮੇਰੇ ਕੋਲ ਇੱਕ ਬੱਤੀ ਬੱਟੀ ਹੋਈ ਹੈ ਰੂ ਦੀ ਜੀ ਆਪਾਂ ਇਹਨੂੰ ਦੇ ਵਿੱਚ ਰੱਖ ਦਿੰਨੇ ਆ ਜੀ ਇਹ ਵੀ ਬਹੁਤ ਸਾਰੇ ਬਾਬੇ ਇਦਾਂ ਦਾ ਕੁਝ ਕਰਦੇ ਆ ਜੀ ਤੇ ਇਹ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਟਾਂਕਣ ਦੱਸ ਦਿੰਦਾ ਜਿਵੇਂ ਮਤਲਬ ਕੋਈ ਲੋਕ ਬੈਠੇ ਇਕੱਠੇ ਹੋਏ ਬੈਠੇ ਆ ਬਾਬਾ ਨੇ ਕਹਤਾ ਆਪਦੇ ਚੇਲੇ ਨੂੰ ਚੇਲੇ ਆ ਭਾਈ ਦੀਵਾ ਜਗਾ ਦੇ ਹੂੰ ਚੇਲਾ ਦੀਵਾ ਲਿਆ ਹੂੰ ਬਾਬਾ ਜੀ ਦੀਵਾ ਤਾਂ ਹੈਗਾ ਆਪਣੇ ਕੋਲੇ ਹੂੰ ਬੱਤੀ ਵੀ ਹੈਗੀ ਐ ਪਾ ਤੇਲ ਹੈ ਨਹੀਂ ਗਾ ਤੇਲ ਮੁੱਕ ਗਿਆ ਹੂੰ ਫਿਰ ਬਾਬਾ ਕੀ ਕਹਿੰਦਾ ਐਂ ਕਰ ਯਾਰ ਉਹ ਤੁਰਨ ਆਪਣੇ ਟੈਂਕੀ ਤੋਂ ਪਾਣੀ ਦੀ ਗੜਵੀ ਪਰ ਲਿਆ ਅੱਛਾ ਆਪਾਂ ਮੰਤਰ ਪੜ੍ਹਦੇ ਨੇ ਆਪਾਂ ਪਾਣੀ ਨਾਲ ਦੀਵਾ ਜਗਾ ਦਿੰਦੇ ਹਾਂ ਤੇ ਬਾਬੇ ਪਾਣੀ ਲਾ ਕੇ ਹੀ ਦੀਵਾ ਜਗਾ ਦਿੰਦੇ ਆ ਆਪਾਂ ਵੀ ਜਿਹੜਾ ਹੈਗਾ ਇਹ ਕੰਮ ਕਰਦੇ ਆ ਮੈਂ ਤੁਹਾਨੂੰ ਦਿਖਾ ਦਿਆਂ ਇਹ ਜਿਹੜਾ ਪਾਣੀ ਹੈ ਤੁਸੀਂ ਵੇਖ ਰਹੇ ਹੋ ਅਸੀਂ ਪਾਣੀ ਪੀਤਾ ਵੀ ਹੈ ਇਹਦੇ ਚੋਂ ਅਸੀਂ ਵੀ ਪਾਣੀ ਪੀਤਾ ਪਹਿਲਾਂ ਜਦੋਂ ਆਏ ਤਾਂ ਜਿਹੜੇ ਜਸਵੀਰ ਹੋਣੀ ਵੀ ਆਪਾਂ ਨੂੰ ਜਿਹੜਾ ਇਹ ਪਾਣੀ ਆ ਪੀ ਕੇ ਬੁਖਾਰ ਆਇਆ ਤੇ ਅਸੀਂ ਵੀ ਇਸ ਪਾਣੀ ਨੂੰ ਪੀਤਾ ਤਾਂ ਹੁਣ ਇਹ ਦੀਵੇ 'ਚ ਪਾਵਾਂਗੇ ਨਾਰਮਲ ਪਾਣੀ ਹੈ ਇਹ ਜੀ ਇਹ ਪਾਣੀ ਜਿਹੜਾ ਹੈਗਾ ਆਪਾਂ ਲੋਹੜਾ ਜੀ ਦੀਵੇ 'ਚ ਪਾਤਾ ਜੀ ਔਰ ਇਹ ਸ਼ਬਦ ਦੀ ਬੀ ਨੂੰ ਜਗਾਵਾਂਗੇ ਹੂੰ ਲੋ ਇਹ ਦੀਵਾ ਜਿਹੜਾ ਪਾਣੀ ਦੇ ਨਾਲ ਹੀ ਮੰਨ ਲਓ ਇਹ ਚੱਲਣ ਲੱਗ ਪਾਣੀ ਨਾਲ ਇਹ ਦੀਵਾ ਚੱਲ ਗਿਆ ਹੁਣ ਜਦੋਂ ਕੋਈ ਬਾਬਾ ਇਦਾਂ ਨੇੜੇ ਖੜਾ ਦੇ ਕੈਮਰਾਮੈਨ ਨੂੰ ਪਾਣੀ ਪਾ ਕੇ ਦੀਵਾ ਜਗਾਊਗਾ ਜੀ ਕੁਦਰਤੀ ਗੱਲ ਹੈ ਕਿ ਲੋਕ ਹੈਰਾਨ ਹੋਣਗੇ ਲੋਕ ਇਸ ਚੀਜ਼ ਨੂੰ ਮੰਨਣਗੇ ਹੂੰ ਵੀਰ ਦੀਵਾ ਅੱਗ ਜਿਹੜੀ ਅੱਗ ਜਿਹੜੀ ਹੈਗੀ ਆ ਹੂੰ ਪਾਣੀ ਅੱਗ ਨੂੰ ਬੁਝਾਉਂਦਾ ਹੈ ਬਿਲਕੁਲ ਪਾਣੀ ਨਾਲ ਕੋਈ ਬੁਝਦੀ ਹੈ ਨਾ ਕਿ ਪਾਣੀ ਨਾਲ ਅੱਗ ਲੱਗਦੀ ਹੈ ਜੀ ਪਰ ਇਹ ਪਾਣੀ ਪਾ ਕੇ ਦੀਵਾ ਜਗਾਤਾ ਹੂੰ ਤਾਂ ਵਾਕਈ ਕੋਈ ਚਮਤਕਾਰ ਹੈ ਉਹ ਸ਼ਕਤੀ ਉਹ ਕਦੇ ਵੀ ਸ਼ਕਤੀ ਹੈ ਪਰ ਇਹਦੇ ਵਿੱਚ ਇਹੋ ਜਿਹੀ ਕੋਈ ਕਵੀ ਸ਼ਕਤੀ ਨਹੀਂ ਹੈ ਕੋਈ ਚਮਤਕਾਰ ਨਹੀਂ ਹੈ ਹੂੰ ਅਸਲ ਇਹਦੇ ਵਿੱਚ ਵੀ ਇੱਕ ਹੇਰਾ ਫੇਰੀ ਆ ਬਾਬਾ ਵੀ ਹੇਰਾ ਫੇਰੀ ਕਰਦਾ ਹੈ ਹੂੰ ਤੇ ਮੈਂ ਵੀ ਕੀਤੀ ਹੈਗੀ ਆ ਜੀ ਜੀ ਗੱਲ ਉੱਥੇ ਪੜਤਾਲ ਦੀ ਆ ਜਾਂਦੀ ਕਿ ਸਾਡੇ ਆਮ ਲੋਕ ਪੜਤਾਲ ਨਹੀਂ ਕਰਦੇ ਅੰਦਰ ਸੋਸੀ ਹੁੰਦੇ ਆ ਹੂੰ ਅਸਲ ਦੇ ਵਿੱਚ ਆ ਮੈਂ ਬੱਤੀ ਇੱਕ ਵਿਸ਼ੇਸ਼ ਤੌਰ ਤੇ ਬਣਾਈ ਹੋਈ ਬੱਤੀ ਹੈ ਜੀ ਇਹਨੂੰ ਜੇ ਆਪਾਂ ਦੀਵੇ ਜੀ ਨਾ ਪਾਈਏ ਜੀ ਬਿਨਾ ਦੀਵੇ ਤੋਂ ਕੱਲੀ ਵੀ ਚੱਲ ਪੂਗੀ ਇਹ ਜੀ ਇਹਦਾ ਕੀ ਕਾਰਨ ਹੈ ਫਿਰ ਚੱਲਦਾ ਜੀ ਜੀ ਇਹੋ ਨਾ ਪਾਣੀ ਦੀ ਲੋੜ ਹੈ ਨਾ ਤੇਲ ਦੀ ਲੋੜ ਹੈ ਨਾ ਕਿਸੇ ਲੋੜ ਕੱਲੀ ਚੱਲ ਪੂਗੀ ਇਹ ਤੇ ਬੱਚੇ ਬਾਹਰ ਜਾ ਰਹੇ ਨੇ ਹੂੰ ਅੱਗੇ ਤਾਂ ਲੋਕ ਕੱਟ ਜਾਂਦੇ ਸੀ ਬਿਰਲੇ ਬਿਰਲੇ ਲੋਕ ਬਾਹਰ ਜਾਂਦੇ ਸੀਗੇ ਹੂੰ ਹੁਣ ਮਤਲਬ ਹਰੇਕ ਬੱਚਾ ਬਾਹਰ ਜਾ ਕੇ ਸਟੱਡੀ ਕਰਨੀ ਚਾਹਦਾ ਹੈਗਾ ਹਰ ਪਰਿਵਾਰ ਚੋਂ ਜਾ ਰਿਹਾ ਹੈ ਹਰ ਪਰਿਵਾਰ ਚੋਂ ਜਾ ਰਿਹਾ ਹੈ ਹੁਣ ਇਹਨਾਂ ਨੇ ਉਸ ਗੱਲ ਨੂੰ ਕੈਚ ਕਰ ਲਿਆ ਵੀ ਸਾਡੇ ਕੋਲੇ ਆਓ ਤੇ ਸ਼ਰਤੀਆ ਅਸੀਂ ਤੁਹਾਡਾ ਵੀਜ਼ਾ ਲਵਾਵਾਂਗੇ ਹੁਣ ਉਹ ਲੋਕ ਵੀ ਆ ਰਹੇ ਉਹਨਾਂ ਦੀ ਲੋਕਾਂ ਦੀ ਮਾਨਸਿਕਤਾ ਨੂੰ ਕੀ ਕਹੀਏ ਜਾਂ ਇਹਨੇ ਬਾਬੇ ਨੂੰ ਇਹ ਪੁੱਛਣਾ ਹੋਵੇ ਵੀ ਤੈਨੂੰ ਐਂ ਦੱਸ ਵੀ ਇਹ ਜਿਹੜਾ ਵੀਜ਼ਾ ਲੱਗਦਾ ਪ੍ਰੋਸੈਸ ਕੀ ਹੈ ਹਮ ਬਾਬੇ ਨੇ ਇਸ ਚੀਜ਼ ਦਾ ਨਹੀਂ ਪਤਾ ਹੁਣ ਆ ਵੀ ਤਾਂ ਪ੍ਰੋਸੈਸ ਕੀ ਹੈ ਵੀਜ਼ਾ ਲੱਗਣ ਦਾ ਪਰ ਸ਼ਰਤੀਆ ਵੀਜ਼ਾ ਲਵਾ ਰਿਹਾ ਜੀ ਠੀਕ ਹੈ ਹੁਣ ਉਹਦੇ ਵਿੱਚ ਕੀ ਹੈਗਾ ਕਿ ਵੀਜ਼ਾ ਤਾਂ ਲੱਗਣੇ ਲੱਗਣਾ ਜਿਉਂ ਬੱਚੇ ਨੇ ਪ ਸਾਢੇ 7 ਬੈਂਡ 7 ਬੈਂਡ ਸਾਢੇ 6 ਬੈਂਡ ਉਹਦੇ ਆ ਗਏ ਜੀ ਉਹਨੇ ਜਾਣਾ ਜਾਣਾ ਬਾਹਰ ਜੀ ਜੀ ਠੀਕ ਹੈ ਵੀਜਾ ਅਜ ਨਾਲ ਕੋ ਮਹੀਨੇ ਲੱਗ ਜੂ ਦੋ ਮਹੀਨੇ ਲੱਗ ਜੂ ਜੀ ਲੱਗਣੇ ਲੱਗਣਾ ਪਰ ਬਾਬਾ ਕੋਣ ਲਵਾਉਣ ਵਾਲਾ ਇੱਕ ਆਪਣੇ ਸਾਡੇ ਇੱਥੇ ਇਲਾਕੇ ਦੇ ਵਿੱਚ ਚੱਲਿਆ ਹੈਗਾ ਕਬਾਉਣਾ ਬਾਬਾ ਜੀ ਦਾ ਹੂੰ ਸਵਾ ਕ ਫੋਟੋ ਦਾ ਹੈਗਾ ਦੋ 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 ਫੋਟੋ ਤੋਂ ਕੱਟੀ ਆ ਉਹ ਜੀ 26 ਸਾਲ ਦੀ ਉਮਰ ਹੋ ਗਈ ਜੀ ਪਿੱਛੇ ਜੇ ਆ ਕਿ ਆ ਕੁਛ ਇਹ ਜੇ ਮਤਲਬ ਉਹਦੇ ਇੰਟਰਵਿਊ ਵਗੈਰਾ ਹੋਏ ਇੰਟਰਵਿਊ ਤੋਂ ਜਾ ਕੇ ਉਹਦੀ ਚੜਾਈ ਹੋ ਗਈ ਜੀ ਚੜਾਈ ਉਹਦੀ ਚੱਕੀ ਵੀ ਉਹ ਬਾਬਾ ਜੀ ਵੀਜੇ ਲਵਾਉਂਦਾ ਅੱਛਾ ਹੁਣ ਬਾਬਾ ਜੀ ਦਾ ਜਿਹੜਾ ਪਰਿਵਾਰ ਆ ਉਹ ਵੀ ਅਨਪੜ ਹੈ ਹੂੰ ਬਾਬਾ ਜੀ ਵਿਚਾਰਾ ਆਪ ਤਾਂ ਬੋਲ ਨਹੀਂ ਸਕਦਾ ਹੂੰ ਹੱਥ ਪੈਰ ਨਹੀਂ ਖਿਲਾ ਸਕਦਾ ਖਾ ਨਹੀਂ ਸਕਦਾਗਾ ਐਡਾ ਕੋ ਸਾਰਾ ਹੈਗਾ ਕੱਦ ਦਾ ਆਪਣਾ ਵਿਕਾਸ ਨਹੀਂ ਕਰ ਸਕਿਆ ਤੇ ਬਾਹਰ ਹੋ ਜਾ ਕੇ ਬੀਜੇ ਲੋਾਰੇ ਲੋਕਾਂ ਦੇ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਲੋਕ ਕੈਚ ਕਰ ਲੈਂਦੇ ਆ ਸੋ ਇਹਨਾਂ ਕੋਲ ਕਿਸੇ ਗੈਪੀ ਸ਼ਕਤੀਆਂ ਨਹੀਂ ਆ ਅਸੀਂ ਜਿਸ ਕੰਮ ਦੀ ਸਾਨੂੰ ਹੁੰਦੀ ਆ ਅਸੀਂ ਉਹ ਕੰਮ ਵਾਸਤੇ ਯਤਨ ਕਰ ਰਹੇ ਹੁੰਨੇ ਆ ਤੇ ਯਤਨ ਕਰ ਤੋਂ ਬਾਅਦ ਕੀ ਆ ਉਹ ਕੰਮ ਨੇ ਕਨੈਕਟ ਹੋਣੇ ਹੁੰਦੇ ਆ ਜੀ ਜੀ ਤੇ ਕ੍ਰੈਡਿਟ ਜਿਹੜਾ ਹੈਗਾ ਬਾਬੇ ਨੂੰ ਦੇ ਦਿੱਤਾ ਜਾਂਦਾ ਹੈ ਇੱਕ ਮਿੰਟ ਦੇ ਵਿੱਚ ਮੈਂ ਤੁਹਾਨੂੰ ਗੱਲ ਹੋਰ ਕਰਨੀ ਜਾਊਗਾ ਮੰਨ ਲਓ ਕੋਈ ਵਿਅਕਤੀ ਬਿਮਾਰ ਹੈ ਹਮ ਹਰ ਇੱਕ ਮੇਰੇ ਕੋਲ ਹਜੇ ਫੋਨ ਆਉਂਦੇ ਰਹਿੰਦੇ ਨੇ ਕੋਈ ਵਿਅਕਤੀ ਬਿਮਾਰ ਹੋ ਇਲਾਜ ਕਰਾ ਰਿਹਾ ਆਪਣਾ ਹਮ ਉਹ ਇਲਾਜ ਵੀ ਕਰਾ ਰਿਹਾ ਹੈ ਤੇ ਬਾਬੇ ਕੋਲੇ ਵੀ ਜਾ ਰਿਹਾ ਬਾਬੇ ਕੋਲ ਜਾ ਰਿਹਾ ਦੋਨੇ ਕੰਮ ਇਕੱਠੇ ਕਰ ਰਿਹਾ ਉਹ ਜੀ ਹੁਣ ਉਹ ਜਿਹੜਾ ਡਾਕਟਰੀ ਵਿਗਿਆਨ ਹੈ ਡਾਕਟਰੀ ਸਾਇੰਸ ਹੈ ਉਹ ਡਾਕਟਰੀ ਇਲਾਜ ਹੈ ਉਹਨਾਂ ਨੂੰ ਠੀਕ ਤਾਂ ਹੋ ਹੀ ਜਾਣਾ ਉਹਨੇ ਜੀ ਜੇ ਹੁਣ ਨਾ ਹੋਊਗਾ ਮਹੀਨੇ ਨੇ ਹੋਊਗਾ ਦੋ ਮਹੀਨੇ ਨੇ ਹੋਜੂਗਾ ਕੋਈ ਵੱਡੀ ਬਿਮਾਰੀ ਹੈ 6 ਮਹੀਨੇ ਠੀਕ ਹੋਜੂਗਾ ਫਲਾਨੇ ਬਾਬੇ ਤੋਂ ਥੋੜਾ ਬਾਇਸ ਠੀਕ ਹੋ ਗਿਆ ਜੀ ਜਿਹੜਾ ਡਾਕਟਰ ਤੋਂ ਇਲਾਜ ਕਰਾਇਆ ਹਜ਼ਾਰਾਂ ਰੁਪਏ ਲਾਇਆ ਟੈਸਟ ਕਰਵਾਏ ਸਾਰਾ ਕੁਝ ਕਰਵਾਇਆ ਉਹਨੂੰ ਉਹ ਨਾਮ ਲੈਣਾ ਉਹਦਾ ਜੀ ਬਾਬੇ ਰਗ ਨੂੰ ਫਲਾਨੇ ਬਾਬੇ ਕੋਲ ਅਸੀਂ ਤੋਂ ਕਰਾਇ ਸੀਗਾ ਤੇ ਫਲਾਨੇ ਬਾਬੇ ਦੇ ਆਸ਼ੀਰਵਾਦ ਨਾਲ ਠੀਕ ਹੋ ਗਿਆ ਜੀ ਜੀ ਯਾਨੀ ਸਾਡੀ ਰੋਕ ਦੀ ਮਾਨਸਿਕਤਾ ਤਾਂ ਜਿਹੜੇ ਟਰਿਕ ਨੇ ਉਹ ਕਰਕੇ ਵਿਖਾਏ ਨੇ ਇੱਕ ਨਾ ਬੜਾ ਟਰਿਕ ਹੋਰ ਵੀ ਇੱਕ ਹੀ ਨਾਰੀ ਵਾਲ ਦੇ ਵਿੱਚੋਂ ਖੂਨ ਤਾਂ ਕੱਢ ਦਿੱਤਾ ਜਾਂਦਾ ਹੈ ਤਾਂ ਇੱਕ ਅੱਗ ਖਾਣ ਵਾਲਾ ਬੜਾ ਹਨਾ ਹੁੰਦਾ ਤਾਂ ਉਹਦਾ ਨਾ ਕਰਨ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਫੇਸਬੁੱਕ ਹਟਾ ਦਿੰਦੀ ਹੈ ਫੇਸਬੁੱਕ ਉਹਨਾਂ ਨੂੰ ਐਕਸੈਪਟ ਨਹੀਂ ਕਰਦੀ ਇਸ ਕਰਕੇ ਉਹ ਨਹੀਂ ਕੀਤੇ ਤਾਂ ਜਿਹੜੇ ਟ੍ਰਿਕ ਨੇ ਆਖਰੀ ਟ੍ਰਿਕ ਆਪਾਂ ਕਰ ਰਹੇ ਹਾਂ ਹੁਣ ਜੀ ਹਾਂ ਜੀ ਮੇਰੇ ਕੋਲ ਇੱਕ ਆਹ ਖਾਲੀ ਕਾਗਜ਼ ਹੈ ਜੀ ਦੇਖ ਸਕਦੇ ਆਪਾਂ ਇਹਨੂੰ ਕਾਗਜ਼ ਨੂੰ ਰੋਲ ਕਰ ਲੈਂਦੇ ਆ ਜਿਹੜੀ ਦੇਖੋ ਜੀ ਆਪਾਂ ਰੋਲ ਕਰ ਲਿਆ ਜੀ ਆ ਮੇਰੇ ਕੋਲ ਇੱਕ ਮੱਗ ਹੈ ਦੁੱਧ ਦਾ ਭਰਿਆ ਹੋਇਆ ਜੀ ਜੀ ਆਪਾਂ ਜਿਹੜਾ ਇਸ ਕਾਗਜ਼ ਦੇ ਵਿੱਚ ਪਾ ਦਨੇ ਨੂੰ ਜੀ ਅਸਲ ਦੇ ਵਿੱਚ ਇਹਨਾਂ ਚੀਜ਼ਾਂ ਦੇ ਪਿੱਛੇ ਇੱਕ ਵਿਗਿਆਨ ਹੈ ਜਾਦੂ ਨਾ ਕਾਲਾ ਨਾ ਚਟਾ ਜਾਦੂ ਹੱਥ ਸਿਫਾਈ ਕੀਤਾ ਜੀ ਵਿਗਿਆਨ ਸੈਂਸ ਹੈ ਜੀ ਹੀਰੇ ਫੇਰੀਆ ਚਲਾਕੀ ਧੋਖਾ ਜਾਦੂ ਉਹ ਚੀਜ਼ ਹੈ ਜਿਹੜੀ ਦੂਜੇ ਨੂੰ ਸਮਝ ਨਹੀਂ ਆਉਂਦੀ ਜੀ ਲਓ ਜੀ ਆ ਦੁੱਧ ਦੇ ਵਿੱਚ ਚਲਾ ਗਿਆ ਹੂੰ ਇੰਨਾ ਕਿ ਦੁੱਧ ਰਹਿ ਗਿਆ ਇਹ ਜੀ ਇਹ ਆਪਾਂ ਰੱਖ ਲਿਆ ਵੀ ਤੁਸੀਂ ਟੈਸਟ ਕਰ ਸਕਦੇ ਹੋ ਕਿ ਦੁੱਧੀਓ ਕਿ ਕੁਝ ਹੋਰ ਤਾਂ ਨਹੀਂ ਕੁਝ ਲਿਆ ਕੇ ਜੀ ਜੀ ਠੀਕ ਹੈ ਜੀ ਤੇ ਹੁਣ ਤੁਸੀਂ ਹੱਥ ਕਰੋ ਜੀ ਆਪਾਂ ਇਹ ਦੁੱਧ ਥੋੜੇ ਹੱਥ ਤੇ ਇਹ ਤਾਂ ਫਿਰ ਬਿਲਕੁਲ ਜਿਹੜਾ ਇੱਕ ਪੇਪਰ ਹੀ ਹੈ ਖਾਲੀ ਇਹਦੇ ਵਿੱਚ ਪੁਛਾਈ ਨਹੀਂ ਆਪਾਂ ਨੂੰ ਖੋਲ ਕੇ ਦਿਖਾ ਦੇ ਜੀ ਤਾਂ ਕਿ ਇਹ ਨਾਲ ਹੈਵੀ ਦੇ ਵਿੱਚ ਕੋਈ ਥੈਲੀ ਹੋਊ ਜਾਂ ਉਹ ਜੀ ਨੋ ਜੀ ਨਾ ਜੀ ਵਿੱਚ ਇਹ ਵੀ ਦਰਸ਼ਕ ਸੋਚ ਸਕਦੇ ਨੇ ਕਿ ਕੋਈ ਥੈਲੀ ਪੈਡੀ ਥੈਲੀ ਚ ਚਲੇ ਗਿਆ ਜੀ ਨੋ ਜੀ ਬਿਲਕੁਲ ਜਿਹੜਾ ਹੈਗਾ ਖਤਮ ਕਰਤਾ ਕਾਗਜ ਬਿਲਕੁਲ ਵੀ ਇਹਦੇ ਵਿੱਚ ਕੋਈ ਥੈਲੀ ਵਗੈਰਾ ਵੀ ਨਹੀਂ ਸੀ ਤਾਂ ਤੁਸੀਂ ਇਹ ਦੇਖ ਸਕਦੇ ਹੋ ਹੁਣ ਦੁੱਧ ਗਿਆ ਕਿੱਥੇ ਹੂੰ ਯੂਜੜਾ ਕਹਿੰਦੇ ਨੇ ਵੀ ਬਗਾਲੀ ਬੰਗਾਲ ਦੇ ਵਿੱਚ ਕਾਲਾ ਜਾਦੂ ਹੈ ਜੀ ਇੱਕ ਸੜੀ ਤਾਰਨਾ ਬਣੀ ਹੋਈ ਹੈ ਬਿਲਕੁਲ ਜੀ ਵੀ ਉਧਰ ਬੰਗਾਲ ਦੇ ਵਿੱਚ ਲੋਕ ਜਾਂਦੇ ਹਨ ਤੇ ਬੰਗਾਲੀ ਦਾ ਜਾਦੂ ਮਾਰ ਕੇ ਕਾਲੇ ਜਾਦੂ ਨਾਲ ਹਾਂਜੀ ਤੇ ਬੰਦੇ ਨੂੰ ਤੋਤਾ ਬਣਾ ਕੇ ਪਿੰਜਰੇ ਬੰਦ ਕਰ ਲੈਂਦੇ ਆ ਪੰਛੀ ਬਣਾ ਲੈਂਦੇ ਆ ਜੀ ਉਹਨੂੰ ਬੱਕਰਾ ਬਣਾ ਕੇ ਉਹਨੂੰ ਬੰਨ ਲੈਂਦੇ ਆ ਅਸਲ ਇਹੋ ਜਿਹਾ ਕੁਝ ਨਹੀਂ ਹੈ ਬੰਗਾਲ ਦੇ ਵਿੱਚ ਨਾ ਕਾਲਾ ਪੀਲਾ ਕੋਈ ਜਾਦੂ ਹੁੰਦਾ ਹੈ ਤੇ ਉਹੀ ਕਾਲੇ ਇਲਮ ਵਾਲੇ ਤਾੰਤਰਿਕ ਬਾਬੇ ਹੋਰ ਆ ਬੜੀਆਂ ਐਡਾਂ ਦੇ ਰਹੇ ਨੇ ਹੋਰ ਕਰ ਰਹੇ ਨੇ ਇੱਕ ਮੈਂ ਤੁਹਾਨੂੰ ਗੱਲ ਕਹਿਣੀ ਚਾਹੂੰਗਾ ਤੁਹਾਡੇ ਚੈਨਲ ਰਾਹੀਂ ਵੀ ਕਮਾਲ ਦੀ ਗੱਲ ਹੈ ਹੂੰ ਵੀ ਜਿਹੜੇ ਲੋਕਾਂ ਦੀਆਂ ਸਮਸ਼ਿਆਵਾਂ ਦਾ ਹੱਲ ਕਰਨ ਦਾ ਦਾਵਾ ਕਰਦੇ ਆ ਜਿਹੜੇ ਆਪਣੇ ਕੋਲ ਬੜੀਆਂ-ਬੜੀਆਂ ਗੈਬੀ ਸ਼ਕਤੀਆਂ ਹੋਣ ਦਾ ਦਾਵਾ ਕਰ ਰਿਹਾ ਹੈ ਹੂੰ ਤੇ ਖੁਦ ਆਪਣਾ ਇਹ ਧੰਦਾ ਚਲਾਉਣ ਵਾਸਤੇ ਹੂੰ ਚੈਨਲਾਂ ਦਾ ਸਹਾਰਾ ਲੈ ਰਹੇ ਨੇ ਐਡ ਦੇ ਰਹੇ ਨੇ ਜੀ ਬਾਕੀ ਪ੍ਰਿੰਟ ਮੀਡੀਆ ਦਾ ਸਹਾਰਾ ਲੈ ਰਹੇ ਨੇ ਉੱਥੇ ਆਪਦੀ ਦਾ ਐਡ ਕਰਕੇ ਲੋਕਾਂ ਤੱਕ ਜਾ ਰਹੇ ਨੇ ਜੀ ਤੇ ਫਿਰ ਤੁਸੀਂ ਆਪਣੀਆਂ ਗੈਬੀ ਸ਼ਕਤੀਆਂ ਨੂੰ ਭੇਜੋ ਨਾ ਵੀ ਲੋਕਾਂ ਕੋਲ ਵੀ ਲੋਕਾਂ ਦੇ ਦਿਮਾਗ 'ਚ ਪਾ ਦਿਨ ਵੀ ਫਲਾਣੇ ਦਾ ਬਾਬਾ ਬੈਠਾ ਹੂੰ ਆਪ ਦਾ ਕੰਮ ਚਲਾਉਣ ਵਾਸਤੇ ਤੁਹਾਨੂੰ ਉਹਨਾਂ ਦਾ ਸਹਾਰਾ ਲੈਣਾ ਪੈਂਦਾ ਹੂੰ ਇਸ ਹੋਇਸ ਕਰਕੇ ਇਹਨਾਂ ਕੋਈ ਗੈਬੀ ਸ਼ਕਤੀ ਨਹੀਂ ਹੁੰਦੀ ਕਿ ਇਹ ਅਸਲ ਵਿੱਚ ਕੀ ਹੈਗਾ ਬੰਗਾਲ ਦੇ ਵਿੱਚ ਮੈਜਿਕ ਟ੍ਰਿਕ ਵਾਲੀਆਂ ਆਟਮਾ ਬਣਦੀਆਂ ਨੇ ਜੀ ਉੱਥੇ ਆਪਾਂ ਇਹ ਕਹਿ ਲਓ ਵੀ ਕਾਰਖਾਨੇ ਲੱਗੇ ਹੋਏ ਨੇ ਜੀ ਚਾਹੇ ਕੋਈ ਛੋਟਾ ਟ੍ਰਿਕ ਹੈ ਹੂੰ ਚਾਹੇ ਵੱਡਾ ਟ੍ਰਿਕਾ ਜਿਵੇਂ بڑے بڑے ਜਾਦੂਗਰ ਸ਼ੋਅ ਕਰਦੇ ਆ ਜੀ ਕੁੜੀ ਨੂੰ ਵਿਚਾਲੋਂ ਕੱਟ ਦੇਣਾ ਕੱਟ ਕੇ ਜੋੜ ਦੇਣਾ ਗਲ ਬੱਟ ਕੇ ਜੋੜ ਦੇਣਾ ਜਾਂ ਹੋਰ ਇਦਾਂ ਦੇ ਹੈਗੇ ਨੇ ਜਾਂ ਬੰਦਾ ਗਾਇਬ ਕਰ ਦੇਣਾ ਕੁਰਸੀ ਤੋਂ ਉਹ ਸਾਰਾ ਸਮਾਨ ਬੰਗਾਲ 'ਚ ਬਣਦਾ ਹੈ ਜੀ ਤੇ ਇਹ ਵੀ ਬੰਗਾਲ ਦੇ ਵਿੱਚ ਬਣਿਆ ਹੋਇਆ ਉੱਥੋਂ ਮੇਰਾ ਮੰਗਾਇਆ ਹੋਇਆ ਹੈ ਜੀ ਇਹ ਆਮ ਜੱਗ ਨਹੀਂ ਹੈ ਇਹ ਹੂੰ ਕਿ ਜਿਹੜਾ ਆਪਾਂ ਜੂਸ ਬਿਨਾਂ ਲਿਆਗਾ ਜੀ ਜੀ ਕਾਫੀ ਮਹਿੰਗਾ ਜੱਗ ਹੈ ਇਹ ਜੀ ਇਹਨੇ ਸਪੈਸ਼ਲ ਬਣਾਇਆ ਸਪੈਸ਼ਲ ਕੀ ਹੈ ਇਹਦੇ ਵਿੱਚ ਜੀ ਕਿ ਇਹ ਡਬਲ ਹੈ ਕੈਮਰਾਮੈਨ ਨੂੰ ਕਹੂੰਗਾ ਕੋਈ ਇੱਕ ਵਾਰ ਨੇੜੇ ਹੋ ਕੇ ਵਿਖਾ ਦੇ ਇਹ ਡਬਲ ਹੈ ਜੀ ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਜੀ ਇੰਨਾ ਦੁੱਧ ਦੇ ਚ ਇੰਨਾ ਹੀ ਸੀਗਾ ਜੀ ਤੇ ਇਹਦੇ ਵਿੱਚ ਜਦੋਂ ਆਪਾਂ ਐ ਕਰਕੇ ਪਾਇਆ ਇਹਨੂੰ ਹੂੰ ਇਹ ਹੋ ਜੀ ਇਹ ਪੂਰਾ ਮੰਨ ਲਓ ਭਰਿਆ ਦਿਖਣ ਲੱਗਾ ਪੂਰਾ ਫੇਰ ਭਰ ਗਿਆ ਹੁਣ ਆਪਏ ਨੂੰ ਜਦੋਂ ਐ ਕੀਤਾ ਹੂੰ ਇਹਦੇ ਨਾਲ ਦੁੱਧ ਸੀਗਾ ਇਹਦੇ ਵਿੱਚ ਹੀ ਚਲੀ ਜਾਂਦਾ ਜੀ ਕਿਤੇ ਬਾਹਰ ਨਹੀਂ ਗਿਆ ਕਦੇ ਡੁੱਲੇ ਦੀ ਕਾਹੀ ਲਫਾਫੇ ਚ ਨਹੀਂ ਬਿਆ ਕਿਸੇ ਕਾਗਜ਼ ਚ ਨਹੀਂ ਪੀਗਾ ਜੀ ਜੀ ਆ ਜਾਈ ਜਾਂਦਾ ਜੀ ਜੀ ਆਪ ਵਿੱਚ ਦੁੱਧ ਹੈਗਾ ਜਿਹੜਾ ਆ ਜਿਹੜਾ ਦੁੱਧ ਹੈਗਾ ਆ ਸੁਰਾਖ ਰਹੀ ਜੀ ਇਹਦੇ ਵਿੱਚ ਜਾ ਰਿਹਾ ਜਿਹੜਾ ਜਿਹੜਾ ਵਿਚਲਾ ਹੈਗਾ ਬਣਾਇਆ ਹੋਇਆ ਜੀ ਉਹਦੇ ਵਿੱਚ ਇਹ ਦੁੱਧ ਜਾ ਰਿਹਾ ਜੀ ਜੀ ਦੁੱਧ ਚਲੇ ਗਿਆ ਜੀ ਇਦੇ ਵਿੱਚ ਕੋਈ ਗੈਬੀ ਸ਼ਕਤੀ ਨਹੀਂ ਹੈ ਜੀ ਜੀ ਇਹ ਸਾਰਾ ਸਮਾਨ ਉਸ ਤੋਂ ਬਣਦਾ ਹੈਗਾ ਜੀ ਸੋ ਫਿਰ ਵੀ ਜੇ ਕੋਈ ਕਹਿੰਦਾ ਹੈਗਾ ਹਮ ਸਾਡਾ ਖੁੱਲਾ ਚੈਲੰਜ ਹੈ ਜੀ ਤੁਹਾਡੇ ਚੈਨਲ ਦੇ ਵੀ ਜੀ ਵੀ ਕੋਈ ਗੱਲ ਕਹਿੰਦਾ ਵੀ ਮੈਂ ਗੈਬੀ ਸ਼ਕਤੀ ਕਰਕੇ ਦਿਖਾਉਣਾ ਹੈ ਜੀ ਤਾਂ ਸਾਡੀਆਂ 23 ਸ਼ਰਤਾਂ ਨੇ ਅਸੀਂ ਪਤਾਲ ਕਰਾਂਗੇ ਸਾਨੂੰ ਕਰਕੇ ਦਿਖਾ ਦਿਓ 5 ਲੱਖ ਰੁਪਏ ਚਾਰਕਸ ਜਿਹੜਾ ਇਨਾਮ ਦਿਓ ਜੀ ਲੋਕਵਾਇ ਟੀਵੀ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਿ ਤੁਸੀਂ ਸਮਾਂ ਦਿੱਤਾ ਸਾਨੂੰ ਬਹੁਤ ਬਹੁਤ ਧੰਨਵਾਦੀ ਤੁਹਾਡਾ ਤਾਂ ਇਹ ਜਿਹੜੇ ਟ੍ਰਿਕ ਨੇ ਕਰਕੇ ਜਿਹੜੇ ਤੁਹਾਨੂੰ ਵਿਖਾਏ ਨੇ ਜਸਵੀਰ ਹੋਣਿਆਂ ਨੇ ਤਾਂ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਪੂਰਾ ਦੱਸਿਆ ਵੀ ਹੈ ਕਿ ਕਿਸ ਤਰ੍ਹਾਂ ਇਹ ਕੀਤੇ ਜਾਂਦੇ ਨੇ ਸਾਡਾ ਇਹ ਸਟੋਰੀ ਕਰਨ ਦਾ ਇੱਕੋ ਇੱਕ ਕਾਰਨ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਠੱਗੀਆਂ ਹੋ ਰਹੀਆਂ ਬਹੁਤ ਸਾਰੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਉਸ ਲੁੱਟ ਤੋਂ ਬਚਣ ਦੇ ਲਈ ਤੁਸੀਂ ਇਸ ਤਰ੍ਹਾਂ ਜਿਹੜਾ ਵੀ ਤੁਹਾਨੂੰ ਅੱਜ ਵਿਖਾਇਆ ਗਿਆ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਕੀਤਾ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਤੇ ਤੁਸੀਂ ਦੇਖਦੇ ਰਹੋ ਲੋਕ ਵਾਈਟ ਟੀਵੀ ਤੇ ਮੈਂ ਮਨਪਰੀ ਤਰ੍ਹਾਂ